ਅੱਜ ਅਸੀਂ ਤੁਹਾਨੂੰ ਜ਼ਿਲ੍ਹਾ ਪਠਾਨਕੋਟ ਦੇ ਪਿੰਡ ਅਖਵਾਨਾ ਦੇ ਇੱਕ ਅਜਿਹੇ ਕਿਸਾਨ ਨਾਲ ਮਿਲਾਉਣ ਜਾ ਰਹੇ ਹਾਂ ਜਿਸ ਨੇ ਕੁਝ ਸਾਲ ਪਹਿਲਾਂ ਮਸ਼ਰੂਮ ਦਾ ਧੰਦਾ ਅਪਣਾਇਆ ਅਤੇ ਇਸ ਧੰਦੇ ਤੋਂ ਉਹ ਲੱਖਾਂ ਰੁਪਏ ਦੀ ਆਮਦਨ ਕਮਾ ਰਿਹਾ। ਸਭ ਤੋਂ ਪਹਿਲਾਂ ਮੈਂ ਪੋਲਟਰੀ ਫਾਰਮ ਦਾ ਕੰਮ ਕਰਦਾ ਸੀ, ਕਿਸੇ ਵਜ੍ਹਾ ਕਾਰਨ ਮੇਰਾ ਪੋਲਟਰੀ ਫਾਰਮ ਦਾ ਕੰਮ ਜਿਹੜਾ ਬੰਦ ਹੋ ਗਿਆ। ਫਿਰ ਮੈਂ ਰੋਡ 'ਤੇ ਆ ਗਿਆ, ਕੰਮ ਦੀ ਸੋਚ ਸੋਚਣ ਲੱਗੇ, ਸੋਚਦੇ ਸੋਚਦਿਆਂ ਮੈਨੂੰ ਮਸ਼ਰੂਮ ਬਾਰੇ ਥੋੜ੍ਹੀ ਬਹੁਤੀ ਜਾਣਕਾਰੀ ਮਿਲੀ ਅਤੇ ਮੈਂ ਮਸ਼ਰੂਮ ਦਾ ਕੰਮ ਚਾਲੂ ਕਰਤਾ। ਸ਼ੁਰੂ ਦੇ ਵਿੱਚ ਮੈਂ 1200 ਬੈਗ ਦਾ ਕੰਮ ਚਾਲੂ ਕੀਤਾ ਸੀ, ਫਿਰ ਆਸਤੇ ਆਸਤੇ ਕੰਮ ਵਧਾਉਂਦੇ ਗਏ। ਅੱਜ ਮੈਨੂੰ 12-13-14 ਸਾਲ ਹੋ ਗਏ ਕੰਮ ਕਰਦੇ ਹਾਂ। 14 ਸਾਲਾਂ ਦੇ ਵਿੱਚ ਮੈਂ ਇਸ ਵੇਲੇ 2 AC ਰੂਮ ਬਣਾਏ ਦੇ ਆ, 4 ਮੇਰੇ ਕੋਲ ਟੈਂਪਰੇਰੀ ਛੱਡਣ, 6 ਛੱਡਾਂ ਦੇ ਵਿੱਚ ਮੈਂ ਇਸ ਵੇਲੇ ਕੰਮ ਕਰਦਾ ਪਿਆ। ਬਾਕੀ ਮਿਹਨਤ ਦੇ ਮਿਹਨਤ ਰੰਗ ਲਾਉਂਦੀ ਹੈ। ਇਹਦੇ ਨਾਲ ਮੇਰੀ ਜਨਾਨੀ, ਬੇਟਾ ਮੇਰਾ, ਇਸ ਵੇਲੇ ਬਹੂ ਵੀ ਨਵੀਂ ਆਈ ਇਹਦੀ, ਉਹ ਵੀ ਸਾਰੇ ਕੰਮ ਦੇ ਵਿੱਚ ਹੱਥ ਵਟਾਉਂਦੇ ਆ ਮੇਰੇ ਨਾਲ, ਅਤੇ ਇਸ ਵੇਲੇ ਕੰਮ ਮੇਰਾ ਠੀਕ ਹੈ। ਜਿਸ ਬੰਦੇ ਨੇ ਕੰਮ ਕਰਨਾ, ਮਿਹਨਤ ਕਰਨੀ ਹੈ, ਸਹਾਇਕ ਧੰਦੇ ਹੈ, ਮਿਹਨਤ ਦੇ ਧੰਦੇ ਹੈ। ਜੇ ਤੁਸੀਂ ਅਸੀਂ ਇੱਥੇ ਮਸ਼ਰੂਮ ਦੇ ਫਾਰਮ ਦੇ ਵਿੱਚ ਬੈਗ ਪਾ ਦਈਏ, ਅਸੀਂ ਇੱਥੇ ਟਾਈਮ ਨਾ ਦੇਈਏ, ਟਾਈਮ ਸਿਰ ਮੰਡੀ ਨਾ ਜਾਈਏ, ਤਾਂ ਸਾਡੇ ਮਾਲ ਦੀ ਵੀ ਬੇਕਦਰੀ ਹੋਣੀ ਹੈ, ਮਾਲ ਵੀ ਸਹੀ ਰੇਟ ਦੇ ਵਿੱਚ ਨਹੀਂ ਵਿਕਣਾ, ਅਤੇ ਇਸ ਤਰ੍ਹਾਂ ਕੰਮ ਜ਼ਿਆਦਾ ਫੇਲ ਬੰਦੇ ਆਪ ਕਰ ਲੈਂਦੇ। ਸ਼ੁਰੂ ਦੇ ਵਿੱਚ ਮੈਨੂੰ ਮੁਸ਼ਕਲ ਆਈ ਸੀ ਮਸ਼ਰੂਮ ਵੇਚਣ ਦੀ, ਮੇਰੇ ਕੋਲ ਸਹੀ ਕੁਆਲਿਟੀ ਨਹੀਂ ਸੀ ਬਣਦੀ। ਅੱਜ ਦੀ ਡੇਟ ਦੇ ਵਿੱਚ ਇਸ ਮੁਕਾਮ 'ਤੇ ਪਹੁੰਚਿਆ, ਬਾਕੀ ਬੰਦਿਆਂ ਨਾਲੋਂ 10 ਰੁਪਏ ਕਿਲੋ ਮਸ਼ਰੂਮ ਵੀ ਵੱਧ ਰੇਟ 'ਤੇ ਜਾਂਦੀ ਹੈ, ਅਤੇ ਜੋ ਵੀ ਵੱਡੀਆਂ ਦੁਕਾਨਾਂ ਨੇ ਸਾਰੀਆਂ ਦੇ ਆਰਡਰ ਲਗਭਗ ਉਹ ਮੇਰੇ ਨਾਲ ਅਟੈਚਮੈਂਟ ਨੇ। ਮੇਰਾ ਬੇਟਾ ਉਸ ਵੇਲੇ 17-18 ਸਾਲ ਦਾ ਸੀ ਜਿਸ ਵੇਲੇ ਮੈਂ ਮਸ਼ਰੂਮ ਦੇ ਕੰਮ ਦੇ ਵਿੱਚ ਪਾਇਆ ਸੀ। ਅਸੀਂ ਕੋਈ ਨੌਕਰੀ ਦੇ ਖੁਆਬ ਨਹੀਂ ਲਏ, ਫਸਟ ਏਅਰ ਤੱਕ ਬੇਟਾ ਪੜ੍ਹਾਇਆ, ਉਹਦੇ ਬਾਅਦ ਕੰਮ ਦੇ ਵਿੱਚ ਪਾ ਦਿੱਤਾ, ਨਾਲ ਹੀ ਆ ਜਾ, ਅਤੇ ਅੱਜ ਉਹ ਪੂਰਾ ਸਟੈਂਡ ਹੈ, ਪੂਰਾ ਮਾਹਿਰ ਹੈ ਇਸ ਕੰਮ ਦੇ ਵਿੱਚ। ਅਸੀਂ 2-4 ਸਾਲ ਕਰਾਂਗੇ, ਉਹਦੇ ਬਾਅਦ 'ਚ ਉਹਨੇ ਸਾਂਭਣਾ, ਚੱਲਦਾ ਕੰਮ ਚਾਲੂ ਹਾਲਤ ਦੇ ਵਿੱਚ ਪੂਰਾ ਕੰਮ ਲੱਗਿਆ ਦੇਣ। ਛੋਟੇ ਹੀ ਸੀਗੇ ਜਦੋਂ ਕੰਮ ਸ਼ੁਰੂ ਹੋਇਆ, ਅਤੇ ਉਹਦੇ ਨਾਲ ਪਾਪਾ ਦੇ ਨਾਲ ਚੱਲ ਜਾਂਦੇ ਸੀ ਕੰਮ ਕਰਨ। ਉਹਦੇ ਬਾਅਦ ਕੰਮ ਥੋੜ੍ਹਾ ਕਿਸੇ ਵਜ੍ਹਾ ਨਾਲ ਚੇਂਜ ਹੋ ਗਿਆ, ਅਤੇ 0% ਨੌਲੇਜ ਸੀ ਇਹਦੀ, ਕੋਈ ਨੌਲੇਜ ਨਹੀਂ, ਕੋਈ ਐਕਸਪੀਰੀਅੰਸ ਨਹੀਂ ਸੀ, ਅਤੇ ਮਸ਼ਰੂਮ ਦਾ ਕੰਮ ਸ਼ੁਰੂ ਕਰਤਾ, ਹੌਲੀ ਹੌਲੀ ਕੰਮ ਕਰਦੇ ਰਹੇ ਅਤੇ ਅੱਜ ਇੱਥੋਂ ਤੱਕ ਪਹੁੰਚ ਗਏ ਹਾਂ। ਅਤੇ ਪਹਿਲਾਂ ਮੇਰਾ ਵੀ ਵਿਚਾਰ ਸੀ ਕਿ ਮੈਂ ਵੀ ਕੋਈ ਕੰਮ ਨਹੀਂ ਸੀ, ਅਤੇ ਆਪਾਂ ਵੀ ਬਾਹਰਲੇ ਦੂਸਰੀ ਕੰਟਰੀ 'ਚ ਜਾਵਾਂਗੇ, ਅਤੇ ਪਰ ਨਹੀਂ, ਫਿਰ ਸੋਚਿਆ ਕਿ ਨਹੀਂ ਆਪਾਂ ਉੱਥੇ ਜਾ ਕੇ ਵੀ ਕੰਮ ਕਰਨਾ, ਕਿਉਂ ਨਾ ਆਪਾਂ ਇੱਥੇ ਹੀ ਆਪਣਾ ਬਿਜ਼ਨਸ ਸ਼ੁਰੂ ਕਰੀਏ। ਅਤੇ ਫਿਰ ਉਹਦੇ ਬਾਅਦ ਆਪਾਂ ਇੱਥੇ ਆਪਣਾ ਮਤਲਬ ਕੰਮ ਕਰ ਲਿਆ। ਇਹਦੇ ਨਾਲ ਸਾਨੂੰ ਇਹ ਹੈ ਕਿ ਆਪਾਂ ਆਪਣੇ ਫੈਮਿਲੀ ਨਾਲ ਰਵਾਂਗੇ, ਆਪਣੇ ਪਰਿਵਾਰ ਨਾਲ ਰਵਾਂਗੇ, ਅਤੇ ਅਗਰ ਕੋਈ ਨੌਜਵਾਨ ਬਾਹਰ ਜਾਣਾ ਚਾਹੁੰਦੇ ਆ ਤਾਂ ਉੱਥੇ ਜਾ ਕੇ ਵੀ ਕੰਮ ਕਰਦੇ ਆ, ਕੰਮ ਕਰਨਾ ਪੈਣਾ ਆ, ਇਹ ਨਹੀਂ ਹੈ ਕਿ ਆਪਣੇ ਆਪ ਪੈਸਾ ਆ ਜਾਏਗਾ, ਕੰਮ ਕਰਾਂਗੇ ਅਤੇ ਪੈਸਾ ਆਏਗਾ, ਇਹਦੇ ਵਿੱਚ ਕੋਈ ਉਹ ਸ਼ਰਮ ਵਾਲੀ ਗੱਲ ਨਹੀਂ ਹੈਗੀ ਆ, ਮਿਹਨਤ ਕਰਾਂਗੇ ਅਤੇ ਆਪਣੀ ਮਿਹਨਤ ਹੈ। ਤਾਂ ਇਹ ਸੀ ਜਸਪਾਲ ਨਾਂ ਦਾ ਉਹ ਕਿਸਾਨ ਜਿਸਨੇ ਸਹਾਇਕ ਧੰਦਾ ਅਪਣਾ ਕੇ ਨਾ ਸਿਰਫ ਆਪਣੀ ਆਮਦਨ ਵਿੱਚ ਵਾਧਾ ਕੀਤਾ ਬਲਕਿ ਹੋਰਨਾਂ ਕਿਸਾਨਾਂ ਦੇ ਲਈ ਵੀ ਮਿਸਾਲ ਕਾਇਮ ਕੀਤੀ।
ਪਠਾਨਕੋਟ ਤੋਂ ਜਤਿਨ ਸ਼ਰਮਾ, ਨਿਊਜ਼ 18 ਪੰਜਾਬ।